ਦੱਸ ਦਈਏ ਕਿ 1,000 ਰੁਪਏ ਦੀ ਉਡੀਕ ਦੇ ਵਿੱਚ ਬੈਠੀਆਂ ਪੰਜਾਬ ਦੀ ਮਹਿਲਾ ਲਈ ਵੱਡੀ ਖੁਸ਼ਖਬਰੀ ਹੈ। ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਜੋ 1,000 ਰੁਪਇਆ ਆਪਣੇ ਅਕਾਊਂਟ ਦੇ ਵਿੱਚ ਉਡੀਕ ਰਹੀਆਂ ਸਨ, ਹੁਣ ਉਹਦੇ 'ਤੇ ਮੋਹਰ ਲਗਾ ਦਿੱਤੀ ਗਈ ਹੈ, ਪੱਕੇ ਤੌਰ 'ਤੇ ਹੁਣ ਉਹ ਵੀ ਉਹਨਾਂ ਨੂੰ ਮਿਲੇਗਾ। ਸੋ ਇਹ ਵੱਡਾ ਐਲਾਨ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਵੱਲੋਂ ਕੀਤਾ ਗਿਆ ਆ, ਜਿੱਥੇ ਜਲੰਧਰ ਦੌਰਾਨ ਕਹਿ ਲਈਏ ਕਿ ਉਹ ਜ਼ਿਮਨੀ ਚੋਣਾਂ ਦਾ ਪ੍ਰਚਾਰ ਕਰ ਰਹੇ ਹੈਗੇ ਨੇ, ਉੱਥੇ ਹੀ ਉਹਨਾਂ ਨੇ ਇਹ ਵੱਡਾ ਐਲਾਨ ਕੀਤਾ ਕਿ 2024 ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਖਾਤਿਆਂ ਦੇ ਵਿੱਚ ਮਹਿਲਾਵਾਂ ਨੂੰ ਪੰਜਾਬ ਦੀਆਂ ਖਾਸ ਕਰਕੇ 1,000-1,000 ਰੁਪਇਆ ਮਿਲਣਾ ਸ਼ੁਰੂ ਹੋ ਜਾਏਗਾ। ਜਿਸ ਤਰੀਕੇ ਨਾਲ ਵਾਅਦੇ ਕੀਤੇ ਗਏ ਸੀਗੇ, ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਉਂਦੀ ਆ ਤਾਂ ਕੁਝ ਵਾਅਦੇ ਕੀਤੇ ਗਏ ਸੀ ਕਿ ਅਸੀਂ ਬਿਜਲੀ ਮੁਫਤ ਦੇਵਾਂਗੇ, 1,000 ਰੁਪਇਆ ਪ੍ਰਤੀ ਮਹੀਨਾ ਬੀਬੀਆਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਆਏਗਾ। ਬਿਜਲੀ ਮੁਫਤ ਵਾਲਾ ਵਾਅਦਾ ਤਾਂ ਉਹਨਾਂ ਨੇ ਜ਼ਰੂਰ ਕੀਤਾ ਸੀ, ਉਹ ਪੂਰਾ ਵੀ ਹੋਇਆ, ਪਰ ਹੁਣ ਦੂਜਾ ਵਾਅਦਾ ਜੋ ਕਾਫੀ ਲੰਬੇ ਸਮੇਂ ਤੋਂ ਲੋਕ ਉਡੀਕ ਰਹੇ ਸਨ ਕਿ 1,000 ਰੁਪਇਆ ਪ੍ਰਤੀ ਮਹੀਨਾ ਕਦੋਂ ਮਹਿਲਾਵਾਂ ਨੂੰ ਖਾਤਿਆਂ ਦੇ ਵਿੱਚ ਆਏਗਾ, ਸੋ ਉਹਦੇ 'ਤੇ ਵੀ ਪੱਕੇ ਤੌਰ 'ਤੇ ਮੋਹਰ ਜਿਹੜੀ ਆ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਨੇ ਲਗਾ ਦਿੱਤੀ ਆ। ਅਤੇ ਜ਼ਿਕਰ ਕੀਤਾ ਕਿ 2024 ਦੇ ਖਤਮ ਹੋਣ ਤੋਂ ਪਹਿਲਾਂ ਖਾਤਿਆਂ ਦੇ ਵਿੱਚ 1,000-1,000 ਰੁਪਇਆ ਜਿਹੜਾ ਆਉਣਾ ਆ ਉਹ ਸ਼ੁਰੂ ਹੋ ਜਾਏਗਾ। ਉਹਨਾਂ ਨੇ ਇਹ ਵੀ ਕਿਹਾ ਕਿ ਗਰੰਟੀ ਵਿੱਚ ਅਸੀਂ ਮੁਫਤ ਬਿਜਲੀ ਜੋ ਦਿੱਤੀ ਸੀਗੀ ਉਹ ਅਸੀਂ ਪੂਰੀ ਵੀ ਕੀਤੀ ਹੈ। ਦੱਸ ਦਈਏ ਕਿ ਜਲੰਧਰ ਦੇ ਵਿੱਚ ਭਗਵੰਤ ਮਾਨ ਹੁਣਾਂ ਨੇ ਆਪਣਾ ਕਿਰਾਏ 'ਤੇ ਘਰ ਵੀ ਲਿਆਇਆ, ਜ਼ਿਮਨੀ ਚੋਣਾਂ ਦੌਰਾਨ ਉਸ ਜਗ੍ਹਾ 'ਤੇ ਉਹ ਪ੍ਰਚਾਰ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ, ਖਾਸ ਕਰਕੇ ਉਸ ਜਗ੍ਹਾ 'ਤੇ ਲੋਕਾਂ ਦੇ ਮਸਲੇ ਸੁਣੇ ਜਾ ਰਹੇ ਨੇ, ਲੋਕਾਂ ਦੇ ਮਸਲਿਆਂ ਦਾ ਹੱਲ ਕੀਤਾ ਜਾ ਰਿਹਾ। ਜੋ ਮਸਲੇ ਹੱਲ ਮੌਕੇ 'ਤੇ ਨਹੀਂ ਹੋ ਪਾ ਰਹੇ ਉਹਨਾਂ ਲਈ ਕਹਿ ਲਈਏ ਕਿ ਦਿਸ਼ਾ ਨਿਰਦੇਸ਼ ਉਹਦੇ ਲਈ ਜਾਰੀ ਕਰ ਦਿੱਤੇ ਗਏ ਨੇ, ਜਿਹੜੇ ਲੋਕਾਂ ਦੇ ਕੰਮ ਨੇ ਉਹ ਹੋ ਸਕਣ, ਕੋਈ ਵੀ ਜਿਹੜਾ ਲੋਕਾਂ ਦਾ ਕੰਮ ਹੈ ਉਹ ਨਾ ਰੁਕੇ। ਉਹਨਾਂ ਨੇ ਕਿਹਾ ਹੈ ਕਿ ਸਾਡੇ ਦਰਵਾਜ਼ੇ ਆਮ ਲੋਕਾਂ ਲਈ, ਇਹ ਆਮ ਪਾਰਟੀ ਹੈਗੀ ਹੈ, ਸਾਡੇ ਆਮ ਲੋਕਾਂ ਦੀ ਪਾਰਟੀ ਹੈ, 24 ਘੰਟੇ ਦਰਵਾਜ਼ੇ ਜਿਹੜੇ ਨੇ ਉਹ ਖੁੱਲ੍ਹੇ ਰਹਿਣਗੇ ਤਾਂ ਜੋ ਲੋਕਾਂ ਦੇ ਮਸਲਿਆਂ ਦਾ ਹੱਲ ਕੀਤਾ ਜਾ ਸਕੇ। ਪਰ ਹੁਣ ਕਹਿ ਲਈਏ ਕਿ ਪੰਜਾਬ ਦੀਆਂ ਔਰਤਾਂ, ਪੰਜਾਬ ਦੀਆਂ ਮਹਿਲਾਵਾਂ ਜੋ ਲੰਬੇ ਸਮੇਂ ਤੋਂ ਉਡੀਕ ਰਹੀਆਂ ਸਨ ਕਿ 1,000 ਰੁਪਏ ਵਾਲਾ ਵਾਅਦਾ ਕਦੋਂ ਪਾਰਟੀ ਇਹ ਪੂਰਾ ਕਰੇਗੀ, ਪਰ ਹੁਣ ਇਹ ਵਾਅਦਾ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ। ਸੋ ਕਹਿ ਲਈਏ ਕਿ 2024 ਤੋਂ ਪਹਿਲਾਂ ਇਹ ਮੋਹਰ ਪੱਕੀ ਲੱਗ ਚੁੱਕੀ ਹੈ ਕਿ 2024 ਤੋਂ ਪਹਿਲਾਂ ਤੁਹਾਡੇ ਖਾਤਿਆਂ ਦੇ ਵਿੱਚ 1,000 ਰੁਪਇਆ ਮਹਿਲਾਵਾਂ ਦੇ, ਪੰਜਾਬ ਦੀਆਂ ਮਹਿਲਾਵਾਂ ਦੇ ਆਉਣਾ ਸ਼ੁਰੂ ਹੋ ਜਾਏਗਾ। ਪੱਕੇ ਤੌਰ 'ਤੇ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਵੱਲੋਂ ਇਹ ਮੋਹਰ ਲਗਾ ਦਿੱਤੀ ਗਈ ਆ, ਲੋਕਾਂ ਦੇ ਮਸਲੇ ਹੱਲ ਉਹਨਾਂ ਵੱਲੋਂ ਕੀਤੇ ਜਾ ਰਹੇ ਹੈਗੇ ਨੇ। ਸੋ ਹੁਣ ਜ਼ਿਮਨੀ ਚੋਣਾਂ ਦੇ ਵਿੱਚ ਡਟ ਕੇ ਉਹ ਪ੍ਰਚਾਰ ਕਰ ਰਹੇ ਨੇ। ਉਹਨਾਂ ਨੇ ਕਿਹਾ ਹੈ ਕਿ ਖਾਸਾ ਹੁੰਗਾਰਾ ਮੈਨੂੰ ਇਸ ਜਗ੍ਹਾ ਤੋਂ ਮਿਲ ਰਿਹਾ, ਜੋ ਪਿਆਰ ਇੱਥੇ ਲੋਕਾਂ ਦਾ ਦਿੱਤਾ ਜਾ ਰਿਹਾ ਮੈਂ ਉਸਨੂੰ ਕਦੇ ਵੀ ਨਹੀਂ ਭੁੱਲ ਸਕਦੀ।